ਪਰਮਾਤਮਾ ਦੇ ਹੁਕਮ ਦੇ ਵਿੱਚ ਕਦੇ ਕਦੇ ਤਾਂ ਪਰਮਾਤਮਾ ਆਪ ਹੀ ਕੰਮ ਕਰਦੇ ਨੇ, ਕਦੇ ਕਦੇ ਦੂਜਿਆਂ ਨੂੰ ਵੀ ਭੇਜ ਦਿੰਦੇ ਨੇ, ਕਦੇ ਤੀਜਿਆਂ ਨੂੰ ਵੀ। ਜਿਵੇਂ ਕੋਈ ਰਾਜਾ ਕਹਿਣ ਲੱਗਿਆ, ਬ੍ਰਹਮ ਗਿਆਨੀ ਮਹਾਂਪੁਰਸ਼ ਆਏ ਸੀ ਰਾਜੇ ਕੋਲੇ, ਕੋਲ ਬੈਠੇ ਬਚਨ ਬਿਲਾਸ ਹੋ ਰਹੇ ਸੀ। ਕਹਿੰਦੇ ਮਹਾਰਾਜ ਜੀ, ਇਹ ਭਗਤਾਂ ਤੇ ਜਦ ਭੀੜ ਪੈਂਦੀ ਹੈ ਉਦੋਂ ਪਰਮਾਤਮਾ ਆਪ ਕਿਉਂ ਚੱਲ ਕੇ ਆਉਂਦਾ? ਪਰਮਾਤਮਾ ਕੋਲ ਇੰਨੀਆਂ ਸ਼ਕਤੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਭੇਜਦਾ? ਉਹ ਕਹਿਣ ਲੱਗੇ ਮਹਾਤਮਾ ਕੋਈ ਨਹੀਂ, ਦੱਸਾਂਗੇ ਕਿਸੇ ਦਿਨ। ਮਹਾਤਮਾ ਨੇ ਕੀ ਕੀਤਾ, ਦੇਖਿਆ ਅੱਜ ਰਾਜੇ ਦੇ ਲੜਕੇ ਦੇ ਕੱਪੜੇ ਜਿਹੜੇ ਗੁਲਾਬੀ ਰੰਗ ਦੇ ਪਾਏ ਹੋਏ ਨੇ, ਸਿਰ ਦੇ ਉੱਤੇ ਉਹੀ ਆਹ ਕੱਪੜਾ ਜਿਹਾ ਲਿਆ ਹੋਇਆ, ਛੋਟਾ ਜਿਹਾ ਬੱਚਾ ਸੀ, ਦੋ ਕੁ ਮਹੀਨੇ ਦਾ, ਦੋ ਚਾਰ ਮਹੀਨੇ ਦਾ ਹੋਣਾ, ਉਹੋ ਜਿਹਾ ਬਿਲਕੁਲ ਹੀ ਇੱਕ ਪੁਤਲਾ ਜਿਹਾ ਬਣਾ ਲਿਆ, ਉਹਦੇ ਉੱਤੇ ਉਹੋ ਜਿਹੇ ਕੱਪੜੇ ਪਾ ਕੇ ਗੋਦੀ 'ਚ ਚੁੱਕੇ ਅਤੇ ਭੇਟ ਕੇ ਖੇਸ ਜੇ ਦੇ ਵਿੱਚ ਤੁਰੇ ਫਿਰਦੇ। ਰਾਜੇ ਦੀ ਸਭਾ ਲੱਗੀ ਹੋਈ ਆ ਬਾਗ ਦੇ ਵਿੱਚ, ਤਲਾ ਤਲੂ ਬਣੇ ਹੁੰਦੇ ਸੀ ਰਾਜਿਆਂ ਦੇ ਸੋਹਣੇ। ਮਹਾਤਮਾ ਜਾਣ ਬੁੱਝ ਕੇ ਉਹ ਬੱਚਾ ਨਕਲੀ ਜਿਹਾ ਲੈ ਕੇ ਘੁੰਮਦੇ ਜਾਂਦੇ ਨੇ, ਅਤੇ ਰਾਜੇ ਦਾ ਧਿਆਨ ਕੇਂਦਰਿਤ ਹੋ ਗਿਆ ਵੀ ਦੇਖੋ ਮੇਰਾ ਬੱਚਾ ਕਿੰਨੇ ਭਾਗਾਂ ਵਾਲਾ ਮਹਾਂਪੁਰਸ਼ ਆਪਣੀ ਗੋਦੀ ਚੱਕੀ ਫਿਰਦੇ ਨੇ, ਗੱਲਾਂ ਵੀ ਕਰੀ ਜਾਂਦਾ, ਵਾਰ ਵਾਰ ਉੱਧਰ ਵੀ ਦੇਖੀ ਜਾਂਦਾ, ਖੁਸ਼ ਵੀ ਹੋਈ ਜਾਂਦਾ। ਜਦੋਂ ਪੂਰਾ ਧਿਆਨ ਕੇਂਦਰਿਤ ਹੋ ਗਿਆ, ਮਹਾਤਮਾ ਨੇ ਉਹ ਨਕਲੀ ਜਿਹੜਾ ਬਣਾਇਆ ਹੋਇਆ ਸੀ ਪੁਤਲਾ ਜਿਹਾ, ਉਹਦੇ 'ਚ ਵੱਟੇ ਬੁੱਟੇ ਵੀ ਪਾਏ ਹੋਏ ਸੀ, ਉਹ ਜਦੋਂ ਪੂਰਾ ਧਿਆਨ ਕੇਂਦਰਿਤ ਹੋਇਆ ਉੱਥੇ ਜਿਹੜਾ ਬਣਿਆ ਸੀ ਤਲਾ ਜਿਹਾ ਨਹਾਉਣ ਵਾਲਾ, ਉਹਦੇ ਵਿੱਚ ਸੁੱਟ ਦਿੱਤਾ ਉਹ ਬੱਚਾ ਨਕਲੀ। ਅਤੇ ਰਾਜਾ ਇੱਕਦਮ ਸਿੰਘਾਸਣ ਤੋਂ ਛਾਲ ਮਾਰ ਕੇ ਦੌੜ ਕੇ ਆ ਕੇ ਉਤਲਾ ਛਾਲ ਮਾਰ ਕੇ ਉਹ ਬੱਚਾ ਕੱਢ ਲਿਆਂਦਾ, ਬਾਜ ਦੇਖਿਆ ਤਾਂ ਨਕਲੀ ਹੈ। ਕਹਿੰਦੇ ਮਹਾਰਾਜ ਜੀ, ਤੁਸੀਂ ਕੀ ਕੀਤਾ, ਮੇਰੀ ਤਾਂ ਜਾਨ ਹੀ ਕੱਢ ਦਿੱਤੀ ਸੀ, ਮੈਂ ਤਾਂ ਆਖਿਆ ਮੇਰਾ ਬੱਚਾ ਹੀ ਸੰਤਾਂ ਨੇ ਸਿੱਟਤਾ ਪਾਣੀ 'ਚ। ਕਹਿੰਦੇ ਨਹੀਂ ਰਾਜਨ, ਤੇਰੇ ਪ੍ਰਸ਼ਨ ਦਾ ਉੱਤਰ ਦਿੱਤਾ, ਹੁਣ ਤੇਰੇ ਲਾਗੇ ਵਜ਼ੀਰ ਬੈਠੇ ਸੀ, ਤੂੰ ਭੇਜ ਦਿੰਦਾ ਕਿਸੇ ਨੂੰ? ਤੇਰੇ ਲਾਗੇ ਜਰਨਲ ਵੀ ਫੌਜਾਂ ਦੇ ਬੈਠੇ ਸੀਗੇ, ਤੇਰੇ ਲਾਗੇ ਇੰਨੇ ਸਿਪਾਹੀ ਸਿੱਪਾ ਸਲਾਰ ਖੜੇ ਸੀਗੇ, ਤੂੰ ਕਹਿੰਦਾ ਜਾਓ ਵੀ ਮੇਰਾ ਬੱਚਾ ਤਲਾਅ 'ਚ ਡਿੱਗ ਪਿਆ, ਉਹ ਕੱਢ ਕੇ ਲਿਆਓ। ਕਹਿੰਦਾ ਮਹਾਰਾਜ, ਜਦ ਡਿੱਗਿਆ ਮੇਰੀ ਤਾਂ ਸੋਝ ਹੀ ਨਹੀਂ ਰਹੀ, ਮੈਂ ਤਾਂ ਭੱਜ ਕੇ ਆਪ ਹੀ ਆ ਗਿਆ। ਕਹਿੰਦੇ ਰੱਬ ਵੀ ਫਿਰ ਐਂ ਆਉਂਦਾ, ਜਾਂ ਰੱਬ ਦੇ ਪਿਆਰਿਆਂ 'ਤੇ ਭੀੜ ਪੈਂਦੀ ਹੈ, ਫਿਰ ਰੱਬ ਕਿਸੇ ਨੂੰ ਨਹੀਂ ਭੇਜਦਾ ਹੁੰਦਾ, ਇੰਨਾ ਪ੍ਰੇਮ ਕਰਦਾ ਆਪਣੇ ਭਗਤਾਂ ਨੂੰ। ਜੇ ਕੋਈ ਤੱਤੀ ਹਵਾ ਵੀ ਮਾਰੇ ਨਾ ਉਹਨਾਂ 'ਤੇ, ਉਹਨੂੰ ਸਾੜ ਕੇ ਰੱਖ ਦਿੰਦਾ ਵੀ ਕਿਹਾ ਹੀ ਕਿਉਂ ਤੂੰ। ਜਿਵੇਂ ਪ੍ਰਹਿਲਾਦ ਨੂੰ ਤੰਗ ਕੀਤਾ, ਹਰਨਾਸ਼ ਨੇ ਉਹਦੀਆਂ ਆਂਦਰਾਂ ਕੱਢ ਕੇ ਉਹਦੇ ਗਲ 'ਚ ਹੀ ਪਾ ਦਿੱਤੀਆਂ, ਕਹਿੰਦੇ ਆ ਫੜ। ਜਦੋਂ ਪਰਮਾਤਮਾ ਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਨਮੋ ਕਰੂਰ ਕਰਮੇ 'ਚ ਹੋ ਜਾਂਦਾ, ਬਹੁਤ ਜਦੋਂ ਵੀਰ ਰਸ 'ਚ ਆ ਜਾਂਦਾ, ਫਿਰ ਉਹ ਨਹੀਂ ਦੇਖਦਾ ਹੁਣ ਦੁਨੀਆ ਭਗਤਾਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਕਿੰਨਾ ਪਰੇਸ਼ਾਨ ਕਰਦੀ ਹੈ, ਹੋਰ ਨਹੀਂ ਕਿਸੇ ਨੂੰ ਕਰਦੇ। ਸਾਰੀ ਦੁਨੀਆ 'ਚ ਦੇਖੋ, ਹੋਰ ਕੋਈ ਮਾੜੇ ਬੰਦੇ ਨੂੰ ਕੋਈ ਪਰੇਸ਼ਾਨ ਨਹੀਂ ਕਰਦਾ, ਸਿਰਫ ਨਾਮ ਜਪਣ ਵਾਲਿਆਂ ਉੱਤੇ ਕਿੰਤੂ ਹੋ ਰਹੇ ਨੇ, ਕਸ਼ਟ ਆ ਰਹੇ ਨੇ, ਗੱਲਾਂ ਬੋਲੀਆਂ ਜਾ ਰਹੀਆਂ ਨੇ, ਨਿੰਦਾ ਹੋ ਰਹੀ ਹੈ, ਤੰਗ ਕੀਤਾ ਜਾ ਰਿਹਾ, ਸਿਰਫ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇਖੀ ਜਾਂਦੇ ਨੇ, ਦੇਖੀ ਜਾਂਦੇ ਨੇ। ਜਦ ਦੇਖਿਆ ਵੀ ਹੁਣ ਤਾਂ ਭਗਤਾਂ ਦੇ ਨੱਕ 'ਚ ਦਮ ਕਰਤਾ ਲੋਕਾਂ ਨੇ, ਫਿਰ ਜਿਹੜੀ ਹਾਲਤ ਕਰਨੀ ਹੈ ਹਰਨਾਕਸ਼ ਵਾਲੀ, ਉਹ ਫਿਰ ਪਤਾ ਹੀ ਕੀ ਹੋਣੀ ਹੈ। ਪਰ ਇਹਦਾ ਯਕੀਨ ਹੀ ਨਹੀਂ ਹਲੇ ਕਿਸੇ ਨੂੰ ਆਉਂਦਾ। ਅਗਲਾ ਕਹਿੰਦਾ ਕਿਹੜਾ ਰੱਬ ਰੁੱਬ ਹੈਗਾ, ਉਹਨੇ ਕਿਹੜਾ ਕੁਛ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਸਾਰਾ ਕੁਝ ਹੀ ਹੈ ਜਿੰਨਾ ਕੁਝ ਨਜ਼ਰ ਆ ਰਿਹਾ ਆਪਾਂ ਨੂੰ,